ਭਾਈ ਕੋਈ ਨਹੀਂ ਕੱਲ ਹੋ ਗਈ ਸੀ ਕੋਈ ਨਹੀਂ ਖੈਰ ਆਹ ਭਾੜੀ ਸਾਹਿਬ ਮੈਂ ਗੁਰਦੇ ਚ ਪੱਥਰੀ ਬੜੇ ਭਾੜੀ ਸਾਹਿਬ ਚਲੋ ਢਾਈ ਹੋ ਗਿਆ ਭਾਈ ਮਿਹਰਬਾਨੀ ਆ ਹੈਲੋ ਤੁਸੀਂ ਅੱਧੇ ਅੱਧੇ ਕਰ ਲਿਓ ਰੋਜ਼ ਫਰੰਟ ਦੀ ਸੀਟ ਲੈ ਜਾਂਦੇ ਲੰਗੜੇ ਦਾ ਕੋਈ ਖਿਆਲ ਅਸੀਂ ਬਦਮਾਸ਼ ਆਏ ਮਨ ਜਾ ਅਸੀਂ ਬਦਮਾਸ਼ ਆ ਆਪਣਾ ਕੋ ਵਾਕਿਆ ਸੁਣਾ ਓਏ ਕੋਈ ਇੱਕ ਵਾਕਿਆ ਹੋਵੇ ਤਾਂ ਤੈਨੂੰ ਦੱਸੀਏ ਤੇ ਸੁਣਾ ਵਾਕਿਆ ਓਏ ਕੋਈ ਇੱਕ ਵਾਕਿਆ ਹੋਵੇ ਤਾਂ ਤੈਨੂੰ ਦੱਸੀਏ ਉਹ ਵਾਕਿਆ ਸੁਣਾ ਕੋਈ ਇੱਕ ਹੋਵੇ ਤਾਂ ਦੱਸੀਏ ਉਹ ਸੁਣਾਉਂਦਾ ਕਿਉਂ ਨਹੀਂ ਔਂਤਰੀ ਮਾਂ ਦੇ ਬੱਚਿਆ ਕੋਈ ਹੋਵੇ ਤਾਂ ਦੱਸੀਏ ਪਾਂਡੇ ਤੇ ਮਾਂ ਥੋੜੇ ਸੀ ਕੱਪੜੇ ਤੇਰੇ ਪਿਓ ਨੇ ਥੋੜੇ ਸੀ ਕਾਂਦਾ ਕੰਮ ਕੀ ਨੇ ਸਾਲਿਆ ਕਰਨਾ ਸੀ ਪਹਿਲੇ ਮੈਨੇ ਇਹ ਦੱਸ ਨਾ ਹੁਣ ਮੇਰੀ ਬੀਵੀ ਆ ਮੁਕੱਦਰ ਕਾ ਸਿਲੰਡਰ ਉਹ ਕਾਕਾ ਹਾਂ 9-5 ਦਾ ਪਾਨਾ ਫੜ ਓਏ ਭਾਈ ਲੰਗੜੀ ਔਰਤ ਨਾਲ ਵਿਆਹ ਹੀ ਨਹੀਂ ਹੋ ਸਕਦਾ ਕਿਉਂ ਅਸੀਂ ਛੱਤਾਂ ਤੇ ਸੌਣ ਵਾਲੇ ਲੋਕ ਆ ਬਾਰਿਸ਼ ਪੈ ਗਈ ਮੰਜੀਆਂ ਲਾਵਾਂਗੇ ਬੁੱਢੀ ਲਾਵਾਂਗੇ ਭਾਈ ਤੁਸੀਂ ਵਿਆਹ ਕਰ ਲਓ ਤੁਸੀਂ ਮੰਜੀਆਂ ਲਾ ਲੈਣਾ ਬੁੱਢੀ ਮੈਂ ਲਾ ਦਿਆਂ ਨਹੀਂ ਖੋਤੇ ਤੇ ਬਹਿ ਕੇ ਵਨ ਮਿਲਿੰਗ ਕਰਨ ਵਾਲੀ ਏ ਨਹੀਂ ਬਾਥਰੂਮ 'ਚ ਬਹਿ ਕੇ ਮਿੱਠੇ ਚੌਲ ਖਾਣ ਵਾਲੀ ਏ ਨਹੀਂ ਕ੍ਰਿਸ ਗੇਲ ਦੀਆਂ ਬਗਲਾਂ ਸੌਂ ਕੇ ਨਸ਼ਾ ਕਰਨ ਵਾਲੀ ਏ ਨਹੀਂ ਮੌਤ ਦੇ ਖੂਹ ਤੇ ਜਾ ਕੇ ਖੁਸਰਿਆਂ ਦੇ ਨਾਲੇ ਚੂਸਣ ਵਾਲੀ ਏ ਨਹੀਂ ਨਸੀਮ ਵਿੱਕੀ ਦੇ ਬੁੱਲਾਂ ਦੇ ਪੈਰ ਰੱਖ ਕੇ ਕੰਨ ਟੱਪਣ ਵਾਲੀ ਏ ਬਦਮਾਸ਼ ਕਿਸ ਗੱਲ ਦਾ ਬਣਿਆ ਓਏ ਅਸੀਂ ਚੈਨ ਮਰ ਬਦਮਾਸ਼ ਹੋਏ ਮੈਂ ਵੀ ਕਵਾਂ ਇਹਦੀ ਸ਼ਰਾਬ ਮੁੱਕਦੀ ਕਿਉਂ ਨਹੀਂ ਰੋਜ਼ ਕਹਿੰਦੀ ਹੈ ਸਵੇਰੇ ਸਾਡੇ ਤੋਂ ਪਹਿਲੇ ਉੱਠੀ ਹੁੰਦੀ ਪਹਿਲੀ ਵਾਰ ਜੋ ਤੈਨੂੰ ਸ਼ਵਾਰਮਾ ਦਿੱਤਾ ਸੀ ਨਾ ਤੈਨੂੰ ਪਤਾ ਨੀ ਸੀ ਖਾਈ ਦਾ ਉਹਨੂੰ ਚੂਪਣ ਲੱਗ ਗਿਆ